ਆਪਣੀ ਲਾਈਨ ਵਿੱਚ ਲਾ ਲੈਣ
ਕਿਉਂਕਿ ਉਹਦੇ ਵਿੱਚ ਉਮੜੀ ਹੋਈ ਸੰਗਤ ਸਾਰਿਆਂ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਬੜੇ ਪਿਆਰ ਸਤਿਕਾਰ ਦੇ ਨਾਲ ਆਪ ਜੀ ਨੇ ਲੰਗਰ ਛਕਣਾ ਹੈ ਅਤੇ ਜਿਹੜੇ ਸਾਡੇ ਗੱਤਕਾ ਪਾਰਟੀ ਦੇ ਨੌਜਵਾਨ ਹੈ ਉਹਨਾਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਇੱਥੇ ਆਪਣਾ ਜਿਹੜਾ ਡਿਸਪਲੇ ਉਹ ਕਰ ਲੈਣ ਕਿਉਂਕਿ ਇੱਥੇ ਸਮਾਂ ਲੱਗਣਾ ਹੈ ਉਹ ਡਿਸਪਲੇ ਕਰਕੇ ਫਿਰ ਅੱਗੇ ਵੱਲ ਆਓ ਬੱਚਿਆਂ ਪਾਸੋਂ ਗੁਰੂ ਗੁਰਬਾਣੀ ਦਾ ਕੀਰਤਨ ਸਰਵਣ ਕਰੀਏ ਸੁਖਵਿੰਦਰ ਸਿੰਘ ਜੀ ਅਤੇ ਉਹਨਾਂ ਦਾ ਜਿੱਦਾਂ ਆਪ ਜੀ ਨੂੰ ਗੁਰਬਾਣੀ ਨਾਲ ਜੋੜੇਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਦਾ